ਉੱਤੇ ਅੱਜ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੀਰੀ ਪੀਰੀ ਦੇ ਮਰ ਛੇਵੇਂ ਪਾਤਸ਼ਾਹ ਬੰਦੀ ਛੋੜ, ਕੱਲ੍ਹ ਸਤਿਗੁਰੂ ਮਹਾਰਾਜ ਦਾ ਪਾਵਨ ਦਿਹਾੜਾ ਸੀ, ਉਸ ਨੂੰ ਸਮਰਪਿਤ ਕਰਦੇ ਹੋਏ ਇਹ ਫਿਰ ਹੋਲਾ ਮਹੱਲਾ, ਘੋੜ ਦੌੜ, ਨੇਜਾਬਾਜ਼ੀ, ਇਹ ਅਭਿਆਸ ਜਿਹੜੇ ਪੁਰਾਣੇ ਸਮੇਂ ਤੋਂ ਚੱਲ ਰਿਹਾ ਦਿਖਾ ਰਹੇ ਨੇ, ਬੜਾ ਦਿਲਚਸਪ ਹੁੰਦਾ ਵਾ ਅਤੇ ਸਿੱਖ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ, ਇਹ ਸੰਭਾਲ ਕੇ ਇਹਨਾਂ ਨੇ ਬਾਣਾ ਪਾਣੀ ਸ਼ਸਤਰ ਵਿੱਦਿਆ ਘੋੜ ਸਵਾਰ ਇਹ ਸੰਭਾਲ ਕੇ ਰੱਖਿਆ, ਪੁਰਾਤਨ ਜਿਹੜੀ ਮਰਯਾਦਾ ਸੀ ਉਸ ਨੂੰ, ਇਹ ਨਿਹੰਗਾ ਸਿੰਘਾਂ ਨੇ, ਇਹ ਵਧਾਈ ਦੇ ਪਾਤਰ ਨੇ। ਅਤੇ ਮੀਰੀ ਪੀੜੀ ਦੇ ਮਾਲਕ ਸਤਿਗੁਰੂ ਪਾਤਸ਼ਾਹ ਦਾ ਬੰਦੀ ਛੋੜ ਪਾਵਨ ਦਿਹਾੜਾ, ਮੈਂ ਸਾਰਿਆਂ ਨੂੰ ਹਾਰਦਿਕ ਵਧਾਈ ਦਿੰਦਾ, ਸਤਿਗੁਰੂ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ, ਤੁਹਾਨੂੰ ਵੀ ਸਤਿਗੁਰੂ ਖੁਸ਼ੀਆਂ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਮੈਸੇਜ ਦੇਣਾ ਚਾਹੁੰਦੇ ਜਿਸ ਤਰ੍ਹਾਂ ਅੱਜ ਕੱਲ੍ਹ ਦੀ ਪੀੜੀ ਨੂੰ ਕੀ ਮੈਸੇਜ? ਪ੍ਰਾਤਨ ਆਪਣਾ ਛੱਡੀ ਜਾਂਦੀ ਪਈ, ਕੱਲ੍ਹ ਵੀ ਮਹਾਰਾਜ ਨੇ ਗੁਰੂ ਜਗਤ ਗੁਰੂ ਨਾਨਕ ਦੇਵ ਮਹਾਰਾਜ ਦਾ 550 ਸਾਲ ਆ ਰਿਹਾ, ਉਹਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੁੱਚੀ ਕੌਮ ਅਤੇ ਹੋਰ ਵੀ ਜਿਤਨੇ ਵੱਖ ਵੱਖ ਧਰਮਾਂ ਦੇ ਲੋਕ ਨੇ ਮਨਾ ਰਹੇ ਨੇ। ਸਤਿਗੁਰੂ ਮਹਾਰਾਜ ਨੇ ਕਿਹਾ ਵੀ ਸੁੱਚੀ ਧਰਮ ਦੀ ਕਿਰਤ ਕਰੋ, ਵੰਡ ਕੇ ਛਕੋ ਔਰ ਪ੍ਰਭੂ ਦਾ ਚਿੰਤਨ ਕਰੋ, ਜਿਸ ਪ੍ਰਭੂ ਨੇ ਸਾਨੂੰ ਸਾਰੀਆਂ ਦਾਤਾਂ ਦਿੱਤੀਆਂ ਨੇ। ਇਹ ਮਨੁੱਖੀ ਮਨੁੱਖ ਦਾ ਅਧਿਕਾਰ ਜਿਹੜਾ ਕਰਮ ਹੈ, ਮਨੁੱਖ ਦੇ ਚੰਗੇ ਕਰਮ ਕਰੋ, ਚੰਗੇ ਕਰਮ ਕਰਨ ਦੇ ਨਾਲ ਤੁਹਾਨੂੰ ਸਤਿਗੁਰੂ ਦੀਆਂ ਖੁਸ਼ੀਆਂ, ਪ੍ਰਭੂ ਦੀਆਂ ਖੁਸ਼ੀਆਂ ਮਿਲਣਗੀਆਂ। ਅਤੇ ਆਪਣੀ ਕਿਰਤ ਕਰੋ ਔਰ ਉਹਦੇ ਨਾਲ ਆਪਣੀ ਚੰਗੇ ਧਰਮੀ ਬਣੋ, ਬੱਚੇ ਬੱਚਿਆਂ ਨੂੰ ਧਰਮੀ ਬਣਾਓ, ਆਉਣ ਵਾਲਾ ਸਮਾਂ ਭਵਿੱਖ ਤਾਂ ਹਰ ਪਰਿਵਾਰ ਦਾ ਜਿਹੜਾ ਉਹ ਸੁਖਦਾਈ ਹੋਏਗਾ ਜੇ ਤੁਸੀਂ ਧਰਮ ਦੀ ਸਾਧਨਾ ਕਰੋਗੇ, ਧਰਮ ਦੀ ਕਿਰਤ ਕਰੋਗੇ ਔਰ ਲੋੜਵੰਦਾਂ ਨੂੰ ਆਪਣੀ ਗੱਲ ਵੱਖਰੀ ਵਿੱਚ ਲਵਾਓਗੇ। ਹੈ ਜੀ, ਇਹ ਮਨੁੱਖ ਦਾ ਕਿਰਤ ਹੈ ਅਤੇ ਸਾਰਿਆਂ ਨੂੰ ਸਤਿਗੁਰੂ ਇਹ ਬਖਸ਼ਣ। ਇਹ ਮੈਂ ਸੁਭ ਮੇਰੀ ਕਾਮਨਾ ਕਰਾਂਗਾ ਕਿ ਸਤਿਗੁਰੂ ਦੇ ਜੋ ਪੂਰਨੇ ਪਾਏ ਹੋਏ ਨੇ ਉਹਨਾਂ 'ਤੇ ਆਪਾਂ ਚੱਲੀਏ, ਧਰਮ ਦੀ ਕਿਰਤ ਕਰੀਏ, ਉਹ ਪ੍ਰਭੂ ਦੀ ਕੀਰਤੀ ਕਰੀਏ, ਉਹਨੂੰ ਵੰਡ ਕੇ ਛਕੀਏ, ਇੱਕ ਦੂਜੇ ਦੇ ਨਾਲ ਪ੍ਰੇਮ ਪਿਆਰ ਦੇ ਨਾਲ ਰਹੀਏ। ਪ੍ਰੇਮ ਹੈ ਜਿਹੜਾ ਇੱਕ ਦੂਜੇ ਨੂੰ ਜੋੜਦਾ ਵਾ, ਨਫ਼ਰਤ ਤੋੜਦੀ ਹੈ। ਅਤੇ ਸਿੱਖ ਧਰਮ ਦੇ ਵਿੱਚ ਨਫ਼ਰਤ ਨੂੰ ਬੜਾ ਦੂਰ ਰੱਖਿਆ ਗਿਆ ਔਰ ਪ੍ਰੇਮ ਪਿਆਰ ਦੀ ਗੱਲ ਕੀਤੀ ਗਈ। ਆਪਾਂ ਸਾਰੇ ਪ੍ਰੇਮ ਪਿਆਰ ਦੇ ਨਾਲ ਰਹੀਏ, ਜਿਸ ਕਰਕੇ ਆਉਣ ਵਾਲਾ ਸਾਡਾ ਜੀਵਨ ਸੁਖਦਾਈ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੰਦੀ ਛੋੜ ਦੇ ਉਸ ਦੀਵਾਲੀ ਨੂੰ ਸਮਰਪਿਤ ਜਿਹੜਾ ਮਹਾਨ ਮਹੱਲਾ, ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਤੋਂ ਆਰੰਭ ਹੋਇਆ ਸੀ ਅਤੇ ਇਹ ਮਹਾਨ ਜਿਹੜਾ ਮਹੱਲਾ ਹੈ, ਸਮੁੱਚੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਵੱਲੋਂ ਜਿਹੜਾ ਆਰੰਭ ਹੋਇਆ ਸੀ ਅਤੇ ਹੁਣ ਚਰਨ ਗੰਗਾ ਜਿਹੜਾ ਸਟੇਡੀਅਮ ਹੈ ਇੱਥੇ ਆ ਕੇ ਨਿਹੰਗ ਸਿੰਘ ਗੁਰੂ ਦੀਆਂ ਲਾੜਲੀਆਂ ਫੌਜਾਂ ਨੇ ਜੰਗਜੂ ਕਰਤੱਵ ਦਿਖਾਉਣੇ ਨੇ, ਜਿਹਦੇ ਵਿੱਚ ਘੋੜ ਸਵਾਰੀ, ਦੋ ਘੋੜਿਆਂ ਦੀ ਸਵਾਰੀ, ਤਿੰਨ ਘੋੜਿਆਂ ਦੀ, ਚਾਰ ਚਾਰ ਘੋੜਿਆਂ ਦੇ ਸਿੰਘਾਂ ਨੇ ਖੜ੍ਹੇ ਹੋ ਕੇ ਅਤੇ ਲੰਮੇ ਪੈ ਕੇ ਜੰਗਜੂ ਕਰਤੱਵ ਦਿਖਾਉਣੇ ਨੇ, ਗੱਤਕੇ ਦੇ ਵੀ ਜ਼ੋਰ ਦਿਖਾਉਣੇ ਨੇ। ਜਦੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਦੇਖ ਦੇਖ ਦੇ ਧਨੀ ਜਦੋਂ ਕੱਲ੍ਹ ਬੰਦੀ ਛੋੜ ਦੇ ਉਸ ਦੀਵਾਲੀ ਵਾਲੇ ਦਿਨ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਅਤੇ ਜਿਹੜੇ ਅੰਮ੍ਰਿਤਸਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ ਸੀ ਉਹਦੀਆਂ ਖੁਸ਼ੀਆਂ ਦੇ ਵਿੱਚ ਬੰਦੀ ਛੋੜ ਦੇ ਉਸ ਦੀਵਾਲੀ ਮਨਾ ਜਿਹੜੀ ਹੈ ਹਰ ਸਾਲ ਖਾਲਸਾ ਪੰਥ ਵੱਲੋਂ ਮਨਾਈ ਜਾਂਦੀ ਹੈ ਅਤੇ ਉਹਨੂੰ ਸਮਰਪਿਤ ਜਿਹੜਾ ਖਾਲਸਾਈ ਮਹੱਲਾ ਇਹ ਖਾਲਸੇ ਦੀ ਪੁਰਾਤਨ ਰਵਾਇਤ ਹੈ।
ਰਵਾਇਤ ਦੇ ਮੁਤਾਬਕ ਜਿਹੜਾ ਨਿਹੰਗ ਸਿੰਘ ਫੌਜਾਂ ਵੱਲੋਂ ਜਗਜੂ ਕਰਤੱਵ ਦਿਖਾਏ ਜਾਂਦੇ ਨੇ, ਮਹੱਲੇ ਖੇਡੇ ਜਾਂਦੇ ਨੇ। ਮੈਂ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ, ਸਮੁੱਚੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬੰਦੀ ਛੋੜ ਦਿਵਸ ਦੀਵਾਲੀ ਦੀਆਂ ਅਤੇ ਜਿਹੜਾ ਖਾਲਸਾ ਹੀ ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ, ਬਹੁਤ ਬਹੁਤ ਵਧਾਈਆਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਾਢੇ ਪੰਜ ਸੌ ਸਾਲਾਂ ਉਹਨਾਂ ਦੇ ਜਿਹੜੇ ਪ੍ਰਕਾਸ਼ ਦਿਹਾੜਿਆਂ ਨੂੰ ਸਮਰਪਿਤ ਜਿਹੜੇ 1 ਨਵੰਬਰ ਤੋਂ ਲੈ ਕੇ 13 ਨਵੰਬਰ ਤੱਕ ਜਿਹੜੇ ਪੂਰੇ ਜਾਹੋ ਜਲਾਲ ਦੇ ਨਾਲ, ਜਿਵੇਂ ਆਪਾਂ ਸੁਲਤਾਨਪੁਰ ਲੋਧੀ ਵਿਖੇ ਜਿਹੜੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਵੱਲੋਂ, ਉੱਥੇ ਹੀ ਸਮੁੱਚੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਹੁਤ ਵੱਡੇ ਪੱਧਰ 'ਤੇ ਜਿਹੜੇ ਪ੍ਰੋਗਰਾਮ ਮਨਾਏ ਜਾ ਰਹੇ ਨੇ, ਸਾਰਿਆਂ ਦੇ ਵਿੱਚ ਵੱਧ ਚੜ੍ਹ ਕੇ ਖਾਲਸਾ ਪੰਥ ਨਿਹੰਗ ਸਿੰਘ ਜਥੇਬੰਦੀਆਂ ਨੇ ਜਿਹੜੇ ਇਹ ਪ੍ਰੋਗਰਾਮ ਮਨਾਉਣੇ ਨੇ। ਨਿਹੰਗ ਸਿੰਘ ਜਥੇਬੰਦੀਆਂ ਵੱਲੋਂ 13 ਨਵੰਬਰ 2019 ਨੂੰ ਜਿਹੜਾ ਇਸੇ ਤਰ੍ਹਾਂ ਵਿਸ਼ਾਲ ਮਹੱਲਾ ਜਿਹੜਾ ਸੁਲਤਾਨਪੁਰ ਲੋਧੀ ਵਿਖੇ ਮਨਾਇਆ ਜਿਹੜਾ ਕੱਢਿਆ ਜਾਵੇਗਾ। ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ, ਜਿਵੇਂ ਮਹਾਰਾਜ ਨੇ ਕਿਹਾ, ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਸੋ ਆਪਾਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਨ ਵਾਸਤੇ, ਉਹਨਾਂ ਨੂੰ ਯਾਦ ਕਰਨ ਵਾਸਤੇ ਸਾਰਿਆਂ ਨੇ ਆਪਾਂ ਉੱਥੇ ਸੁਲਤਾਨਪੁਰ ਲੋਧੀ, ਕਰਤਾਰਪੁਰ ਸਾਹਿਬ ਅਤੇ ਡੇਰਾ ਬਾਬਾ ਨਾਨਕ ਅਤੇ ਪਾਕਿਸਤਾਨ ਦੇ ਵਿੱਚ, ਉੱਥੇ ਵੀ ਆਪਾਂ ਸਾਰਿਆਂ ਨੇ ਦਰਸ਼ਨ ਦਿਦਾਰੇ ਕਰਨੇ ਨੇ, ਮਹਾਨ ਜਿਹੜੇ ਇਤਿਹਾਸਕ ਸਥਾਨ ਨੇ। ਆਪਾਂ ਫਿਰ ਦੁਬਾਰਾ ਮੈਂ ਸਮੁੱਚੀਆਂ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।